ਪੇਸ਼ ਹੈ ਮੇਰੇ ਸ਼ੁਭ ਚਿੰਤਕ ਪਰਮਜੀਤ ਪੱਪੂ ਕੋਟਦੁਨਾ ਦੀ ਲਿਖੀ ਹੋਈ ਰਚਨਾ ਆਪੇ ਦੀ ਆਪੇ ਨੂੰ ਨਸੀਹਤ। ਤੂੰ ਕੀ ਹੈ? ਕੁਝ ਵੀ ਨਹੀਂ, ਇੱਕ ਬਾਲੂ ਦਾ ਕਿਣਕਾ। ਤੂੰ ਕੀ ਹੈ? ਕੁਝ ਵੀ ਨਹੀਂ, ਇੱਕ ਬਾਲੂ ਦਾ ਕਿਣਕਾ। ਆਈ ਹਨੇਰੀ ਉੱਡ ਪੁੱਟ ਜਾਣਾ ਘਾ ਫੂਸ ਦਾ ਤਿਣਕਾ। ਆਈ ਹਨੇਰੀ ਉੱਡ ਪੁੱਟ ਜਾਣਾ ਘਾ ਫੂਸ ਦਾ ਤਿਣਕਾ। ਤੂੰ ਟਾਣੀਓ ਟੁੱਟੇ ਪੱਤੇ ਵਰਗਾ, ਤੂੰ ਗਲੀ ਚ ਵਿਕਦੇ ਗੱਤੇ ਵਰਗਾ। ਬਸ ਪਾਟੇ ਹੋਏ ਚਪੱਤੇ ਵਰਗਾ, ਹੈ ਮਾਨਸ ਦੀ ਜਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਜਿਵੇਂ ਘਾਹ ਦੇ ਉੱਪਰ ਤਰੇਲ ਪਰਾਂ ਦੀ, ਕੋਈ ਅਮਰ ਕਹਾਉਂਦੀ ਬੇਲ ਪਰਾਂ ਦੀ। ਬਸ ਬਗਲੇ ਵਰਗੀ ਕੇਲ ਪਰਾਂ ਦੀ, ਕਿਉਂ ਜਿਵੇਂ ਪਤਝੜ ਵਿੱਚ ਪਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਕਾਰੂ ਅਤੇ ਸਿਕੰਦਰ ਤੁਰ ਗਏ, ਬਹੁਤੇ ਜਨਮ ਤੋਂ ਪਹਿਲਾਂ ਤੁਰ ਗਏ। ਕੱਚੇ ਪੱਕੇ ਕਿਨਾਰੇ ਖੁਰ ਗਏ, ਕਾਲ ਦੀ ਵਿੱਚ ਬਰਸਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਚਾਰ ਕੁਹਾਰਾਂ ਡੋਲੀ ਚੁੱਕਣੀ, ਮਿੰਟਾਂ ਦੇ ਵਿੱਚ ਕਲਪਨਾ ਮੁੱਕਣੀ। ਰਾਮ ਬਾਗ ਦੇ ਵਿਹੜੇ ਟੁੱਕਣੀ, ਲਾੜੇ ਸਣੇ ਬਰਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਇੱਥੇ ਬੈਠ ਕਿਸੇ ਨੀ ਰਹਿਣਾ, ਗਾਡਰ ਵਰਗੀ ਦੇ ਢਹਿਣਾ। ਚੁੱਪ ਹੋ ਜਾਣਾ ਜਿੱਦ ਦਾ ਸ਼ੈਣਾ, ਵੱਜਦਾ ਵਿੱਚ ਸੁਰਸਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਸੁਣ ਲੈ ਗੱਲ ਪਤੇ ਦੀ ਬੇਲੀ, ਕੁੱਲ ਕੈਨਾਤ ਖੁਦਾ ਦੀ ਚੇਲੀ। ਕੀ ਰਾਜਾ ਕੀ ਗੰਗੂ ਤੇਲੀ, ਕਿਸੇ ਨਾ ਪੁੱਛਣੀ ਜਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਇੱਕ ਗੱਲ ਮੇਰੀ ਪੰਨੇ, ਇੱਕ ਗੱਲ ਮੇਰੀ ਪੱਲੇ ਬੰਨ ਲੈ। ਉਰਾਂ ਨੂੰ ਹੋ ਕੇ ਨੇੜੇ ਕਰ ਕੰਨ ਲੈ, ਉਮਰ ਵਿਆਹ ਗਈ ਹੁਣ ਤਾਂ ਮੰਨ ਲੈ। ਝੂਠਾ ਜਗਤ ਜਗਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਬਿਸਕੁਟ ਵਾਂਗੂ ਭੁਰ ਜਾਵੇਗਾ, ਬਰਫ ਵਾਂਗਰਾਂ ਖੁਰ ਜਾਵੇਗਾ। ਵੱਡਿਆ ਸ਼ਹਿਰਾ ਤੁਰ ਜਾਵੇਗਾ, ਵੱਡਿਆ ਸ਼ਹਿਰਾ ਤੁਰ ਜਾਵੇਗਾ। ਕਰਦਾ ਤੋਲ ਦੁਕਾਨ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਇੱਕ ਦਿਨ ਛੱਡ ਅਸਤੀਆਂ ਲੈ ਕੇ, ਹਰ ਦੁਆਰ ਦੇ ਰਾਹੀ ਪੈ ਕੇ। ਕਣਖਾਂ ਕੋਲ ਬ੍ਰਾਹਮਣ ਬਹਿ ਕੇ, ਗੰਗਾ ਫੁੱਲ ਪਵਾਤ ਖਤਮ ਹੋਈ ਔਕਾਤ। ਇਹ ਤੇਰੀ ਔਕਾਤ ਸੋਹਣਿਆ, ਇਹ ਤੇਰੀ ਔਕਾਤ। ਇੱਕ ਰੇਤੇ ਦੀ ਚੁਟਕੀ ਭਰ ਲੈ, ਖੱਬੇ ਹੱਥ ਦੀ ਤਲੀ ਤੇ ਧਰ ਲੈ। ਉਸ ਚੋਂ ਇੱਕ ਕਣ ਪਾਸੇ ਕਰ ਲੈ, ਸਿਆਣਾ ਸਮਝੂ ਬਾਤ ਇਹ ਤੇਰੀ ਔਕਾਤ ਸੋਹਣਿਆ, ਇਹ ਤੇਰੀ ਔਕਾਤ। ਚੰਦਨ ਚਿਣੀ ਚਿਖਾ ਵਿੱਚ ਬਹਿ ਗਈ, ਲਾਪਟਾਂ ਵਿੱਚ ਬਾਏ ਬਾਏ ਕਹਿ ਗਈ। ਲਾੜੀ ਮੌਤ ਵਿਆਹ ਕੇ ਲੈ ਗਈ, ਸੱਚਮੁੱਚ ਕੁੱਲ ਕਹਿੰਦਾ ਇਹ ਤੇਰੀ ਔਕਾਤ ਸੋਹਣਿਆ, ਇਹ ਤੇਰੀ ਔਕਾਤ। ਪੰਜ ਤੱਤਾਂ ਵਿੱਚ ਆ ਗਏ, ਪੰਜ ਤੱਤਾਂ ਵਿੱਚ ਸਮਾ ਗਏ। ਡੱਕੇ ਸੁੱਟ ਘਰਾਂ ਨੂੰ ਆ ਗਏ, ਸੱਜਣ ਸੱਥਰ ਘਰ ਪਿਛਾ ਗਏ। ਦਰੀਆਂ ਸਣੇ ਕੁਨਾਤ ਸੋਹਣਿਆ ਖਤਮ ਹੋਈ ਕਰਾਮਾਤ, ਸੋਹਣਿਆ ਖਤਮ ਹੋਈ ਔਕਾਤ ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਇਹ ਤੇਰੀ ਔਕਾਤ ਸੋਹਣਿਆ।
ਇਹ ਤੇਰੀ ਔਕਾਤ। ਲੰਮੀਆਂ ਤਾਣ ਵਿਹੜੇ ਵਿੱਚ ਪੈ ਗਿਆ, ਕਾਂਦਾ ਪਿੰਜਰਾ ਖਾਲੀ ਰਹਿ ਗਿਆ, ਭੌਰ ਨਜੂਮੀ ਜਾਂਦਾ ਕਹਿ ਗਿਆ, ਕਿਵੇਂ ਰਹੀ ਕਰਾਮਾਤ। ਇਹ ਤੇਰੀ ਔਕਾਤ ਸੋਹਣਿਆ, ਇਹ ਤੇਰੀ ਔਕਾਤ। ਪੱਪੂ ਰਾਮਾ ਜੇ ਸੁੱਖ ਲੈਣੇ, ਸਵਾਮੀ ਜੀ ਦੇ ਮਨ ਲੈ ਕਹਿਣੇ, ਸੋਚ ਨਾ ਆਉਂਦੇ ਜਾਂਦੇ ਰਹਿਣੇ, ਚੰਗੇ ਮੰਦੇ ਹਾਲਾਤ। ਇਹ ਤੇਰੀ ਔਕਾਤ ਸੋਹਣਿਆ, ਇਹ ਤੇਰੀ ਔਕਾਤ। ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਸਦਕੇ ਜਗਤ ਬਣਾਉਣ ਵਾਲਿਆ, ਸੋਹਣੀ ਰਚਨ ਰਚਾਉਣ ਵਾਲਿਆ, ਚੰਗੀ ਲਿਖਤ ਲਿਖਾਉਣ ਵਾਲਿਆ, ਇਹ ਕਲਬੂਤ ਸਜਾਉਣ ਵਾਲਿਆ, ਬੜੇ ਬੜੇ ਥੰਮ ਢਾਉਣ ਵਾਲਿਆ, ਕੰਨ ਦੇ ਹੱਥ ਰੱਖ ਗਾਉਣ ਵਾਲਿਆ, ਉੱਚੀਆਂ ਉੱਚੀਆਂ ਹੇਕਾਂ ਲਗਵਾਉਣ ਵਾਲਿਆ, ਕੀੜੀ ਰੂਪ ਦਿਖਾਉਣ ਵਾਲਿਆ, ਪ੍ਰਹਿਲਾਦ ਤਾਈ ਬਚਾਉਣ ਵਾਲਿਆ, ਧਰੂ ਨੂੰ ਰਾਜ ਦਵਾਉਣ ਵਾਲਿਆ, ਭਗਤਾਂ ਦੇ ਦਰ ਆਉਣ ਵਾਲਿਆ, ਕੰਸ ਨੂੰ ਮਾਰ ਮੁਕਾਉਣ ਵਾਲਿਆ, ਰਾਵਣ ਸਵਰਗ ਪਹੁੰਚਾਉਣ ਵਾਲਿਆ, ਭਵਿਸ਼ਣ ਤਖ਼ਤ ਬਿਠਾਉਣ ਵਾਲਿਆ, ਝੂਠੇ ਤਾਈ ਹਰਾਉਣ ਵਾਲਿਆ, ਸੱਚੇ ਤਾਈ ਜਿਤਾਉਣ ਵਾਲਿਆ, ਸਭਾ ਚ ਮਾਣ ਵਧਾਉਣ ਵਾਲਿਆ, ਛੋਟਾ ਗੁਣ ਚਮਕਾਉਣ ਵਾਲਿਆ, ਹਰ ਇੱਕ ਤਾਈ ਸਲਾਉਣ ਵਾਲਿਆ, ਅੰਦਰੋਂ ਦੂਰੀ ਮਿਟਾਉਣ ਵਾਲਿਆ, ਧਨ ਤਕਦੀਰਾਂ ਵਾਹੁਣ ਵਾਲਿਆ, ਲੈ ਹੱਥ ਕਲਮ ਦਬਾ, ਲੈ ਹੱਥ ਕਲਮ ਦਬਾ। ਇਹ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ, ਕੀ ਤੇਰੀ ਔਕਾਤ ਸੋਹਣਿਆ, ਕੀ ਤੇਰੀ ਔਕਾਤ। ਦੋਸਤੋ, ਬਹੁਤ ਜਲਦੀ ਇਹ ਰਚਨਾ ਬਿਰਲਾ ਬਰਾਜ ਦੇ ਮਿਊਜ਼ਿਕ, ਜੁਗਨੂ ਕਰਮਤੇਜ ਅਤੇ ਹਰਵਿੰਦਰ ਜੀ ਦੁਆਰਾ, ਜੋ ਬਿਰਲਾ ਬਰਾਜ ਮਿਊਜ਼ਿਕ ਹੰਡਿਆਏ ਦੇ ਵਿੱਚ, ਬਹੁਤ ਜਲਦੀ ਉਹਨਾਂ ਦੇ ਮਿਊਜ਼ਿਕ ਰਾਹੀਂ ਅਤੇ ਵੀਡੀਓ ਐਡੀਟਿੰਗ ਰਾਹੀਂ ਅਸੀਂ ਇਹ ਯਾਨੀ ਕਿ ਡਾਕੂਮੈਂਟਰੀ ਦੇ ਤੌਰ 'ਤੇ ਰਚਨਾ ਤੁਹਾਡੇ ਰੂਬਰੂ ਕਰ ਰਹੇ ਹਾਂ। ਇਹ ਇੰਤਜ਼ਾਰ ਕਰੋ। ਸ਼ੁਕਰੀਆ, ਮਿਹਰਬਾਨੀ।